ਘਾਟ ਹੈ। ਮੈਂ ਇੱਕ ਕਾਨੂੰਨ ਦੀ ਗੱਲ ਕਰਾਂਗਾ ਜਿਹੜਾ ਕਿ ਕੇਂਦਰ ਸਰਕਾਰ ਵੱਲੋਂ ਡੈਮ ਸੇਫਟੀ ਐਕਟ 2021 ਦੇ ਨਾਂ 'ਤੇ ਲਾਗੂ ਕੀਤਾ ਜਾ ਰਿਹਾ ਹੈ। ਸਰਕਾਰਾਂ ਦਾ ਤਰਕ ਹੈ ਵੀ ਹਿੰਦੁਸਤਾਨ ਦੇ ਵਿੱਚ ਟੋਟਲ ਜਿਹੜੇ ਡੈਮ ਹੈ 5745 ਡੈਮ ਜਿਹੜੇ ਹੈ ਜਿਨ੍ਹਾਂ ਦੇ ਬੰਨਾਂ ਦੀ ਉਚਾਈ 15 ਮੀਟਰ ਤੋਂ ਜ਼ਿਆਦਾ ਹੈ। ਸਰਕਾਰ ਕਹਿੰਦੀ ਹੈ ਕਿ 300 ਡੈਮ ਜਿਹੜੇ 100 ਸਾਲ ਤੋਂ ਜ਼ਿਆਦਾ ਪੁਰਾਣੇ ਹੋ ਚੁੱਕੇ ਹੈ। ਤਕਰੀਬਨ 1200 ਡੈਮ ਜਿਹੜਾ ਹੈ ਉਹ 50 ਸਾਲ ਤੋਂ ਉੱਪਰ ਜਾ ਚੁੱਕਿਆ ਹੈ। ਸਰਕਾਰ ਦਾ ਤਰਕ ਹੈ ਕਿ ਡੈਮਾਂ ਤੋਂ ਸਾਨੂੰ ਖਤਰਾ ਹੈ, ਡੈਮ ਟੁੱਟ ਸਕਦੇ ਆ ਕਿਸੇ ਵੀ ਟਾਈਮ। ਇਹਨਾਂ ਡੈਮਾਂ ਦੀ ਸੇਫਟੀ ਵਾਸਤੇ ਜਿਹੜਾ ਇਹ ਕਾਨੂੰਨ ਅਸੀਂ ਹੁਣ ਚਲਿਆ ਰਹੇ ਹਾਂ, ਮਗਰ ਉਹਦੇ ਪਿੱਛੇ ਸਰਕਾਰ ਦੀ ਸਾਜਿਸ਼ ਜਾਂ ਉਹਦੀ ਮਨਸ਼ਾ ਕੋਈ ਹੋਰ ਹੈ। ਸਰਕਾਰ ਇਹਦਾ ਹਵਾਲਾ ਦੇ ਕੇ ਇਹ ਸਰਕਾਰ ਜਿਹੜੀ ਹੈ ਰਾਜ ਦੇ ਜਿਹੜੇ ਰਾਜ ਸੈਂਟ ਮਤਲਬ ਸਟੇਟ ਸਰਕਾਰਾਂ ਦੇ ਜਿਹੜੇ ਹੱਕ ਹੈ ਉਹ ਖੋਣ ਦੀ ਤਿਆਰੀ ਕਰ ਰਹੀ ਹੈ। ਸਰਕਾਰ ਇਸ ਕਾਨੂੰਨ ਦੇ ਰਾਹੀਂ ਸਾਰਾ ਹੀ ਜਿਹੜਾ ਕੰਟਰੋਲ ਹੈ ਆਪਣੇ ਹੱਥ 'ਚ ਲੈ ਰਹੀ ਹੈ। ਜਿੱਦਾਂ ਮੰਨ ਲਓ ਜਿਹੜੇ ਡੈਮ ਹੈ, ਸਟੇਟ ਦੇ ਡੈਮ ਹੈ, ਉਹ ਵੀ ਸਰਕਾਰ ਡੈਮ ਸੇਫਟੀ ਐਕਟ ਦਾ ਹਵਾਲਾ ਦੇ ਕੇ ਆਪਣੇ ਕੰਟਰੋਲ 'ਚ ਲੈ ਲੂਗੀ। ਉਹ ਤੋਂ ਬਾਅਦ ਕੀ ਹੋਊਗਾ ਕਿ ਸਾਰਾ ਕੰਟਰੋਲ ਜਿਹੜਾ ਜਲ ਕੇਂਦਰੀ ਜਲ ਕਮਿਸ਼ਨ ਕੋਲ ਉਹ ਚਲਾ ਜਾਊਗਾ। ਫਿਰ ਸੈਂਟਰੀ ਜਿਹੜਾ ਡਿਸੀਜ਼ਨ ਕਰੂਗਾ ਕਿੰਨਾ ਪਾਣੀ ਨਹਿਰ 'ਚ ਛੱਡਣਾ ਹੈ, ਕਿੰਨਾ ਪਾਣੀ ਕਿਹੜੀ ਸਟੇਟ ਨੂੰ ਦੇਣਾ ਹੈ, ਕਿੰਨੀ ਬਿਜਲੀ ਦੀ ਪੈਦਾਵਾਰ ਹੋਣੀ ਹੈ ਡੈਮ ਤੋਂ। ਜਿਹੜਾ ਸਾਰਾ ਕੰਟਰੋਲ ਹੈ ਉਹ ਕੇਂਦਰੀਕਰਨ ਹੋ ਜਾਊਗਾ। ਜਿਹੜਾ ਸਾਰਾ ਮਤਲਬ ਉਹਦਾ ਚਲਾਉਣ ਦਾ ਕੰਮ ਕੇਂਦਰ ਆਪਣੇ ਕੋਲ ਕਰੂਗਾ, ਸਟੇਟ ਕੋਈ ਉਹਦਾ ਅਧਿਕਾਰ ਨਹੀਂ ਰਹੂਗਾ। ਮੈਂ ਇੱਕ ਉਦਾਹਰਣ ਦੇਣੀ ਚਾਹੁੰਦਾ, ਅਸੀਂ ਰਣਜੀਤ ਸਾਗਰ ਡੈਮ ਪਠਾਨਕੋਟ ਦਾ ਆਉਂਦੇ ਹਾਂ। ਸਾਡਾ ਡੈਮ ਅਗਸਤ 2000 'ਚ ਬਣਿਆ ਸੀ, ਫਰਵਰੀ 2022 ਤੱਕ ਡੈਮ ਨੇ 14,700 ਕਰੋੜ ਰੁਪਈਆ ਆਪਣੀ ਸਟੇਟ ਦੀ ਗੌਰਮੈਂਟ ਨੂੰ ਕਮਾ ਕੇ ਦਿੱਤਾ ਹੈ, ਆਪਣਾ ਖਰਚਾ ਔਰ ਆਪਣੀ ਲਾਗਤ ਦਾ ਮੁੱਲ ਮੋੜ ਕੇ। ਡੈਮ ਬਣਾਉਣ 'ਚ 300 ਤੋਂ ਵੱਧ ਕਾਮਿਆਂ ਨੇ ਆਪਣੀ ਸ਼ਹਾਦਤ ਦਿੱਤੀ ਸੀ। ਉਹ ਸਰਕਾਰ ਜਿਹੜੀ ਹੈ ਕਾਨੂੰਨ ਦੇ ਰਾਹੀਂ ਜਿਹੜਾ ਸਾਡੇ ਪੁਰਖਿਆਂ ਨੇ ਆਪਣਾ ਖੂਨ ਡੋਲ ਕੇ ਇਹ ਪ੍ਰੋਜੈਕਟ ਉਸਾਰਿਆ ਸੀ, ਇਸ ਐਕਟ ਦੇ ਰਾਹੀਂ ਜਿਹੜਾ ਉਸ ਸੈਂਟਰ ਸਰਕਾਰ ਕੰਟਰੋਲ ਕਰਕੇ ਸਰਮਾਏਦਾਰਾਂ ਨੂੰ ਦੇਣਾ ਚਾਹੁੰਦੀ ਹੈ। ਗੱਲ ਰੁਜ਼ਗਾਰ ਨੂੰ ਬਚਾਉਣ ਦੀ ਨਹੀਂ, ਗੱਲ ਇਹਨਾਂ ਪ੍ਰੋਜੈਕਟਾਂ ਨੂੰ ਬਚਾਉਣ ਦੀ ਵੀ ਹੈ ਜਿਹੜਾ ਸਾਡੇ ਪੁਰਖਿਆਂ ਨੇ ਆਪਣਾ ਖੂਨ ਡੋਲ ਕੇ ਬਚਾਇਆ ਹੈ। ਸੋ ਇਸੇ ਤਰੀਕੇ ਨਾਲ ਹੀ ਸਾਰੇ ਖੇਤਰਾਂ 'ਚ, ਵੱਖ ਵੱਖ ਖੇਤਰਾਂ 'ਚ ਜਿਹੜੀ ਹੈ ਸਰਕਾਰ ਹਮਲੇ ਤਿੱਖੇ ਕਰ ਰਹੀ ਹੈ। ਸਾਨੂੰ ਲੋੜ ਹੈ, ਸਮੇਂ ਦੀ ਮੰਗ ਹੈ, ਇਕਜੁੱਟ ਹੋ ਕੇ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਸਰਕਾਰ ਵੱਲੋਂ ਕੀਤੇ ਗਏ ਤਿੱਖੇ ਹਮਲਿਆਂ ਦਾ ਜਵਾਬੀ ਜਿਹੜਾ ਆਪਾਂ ਜਵਾਬ ਦੇਈਏ, ਰਲ ਮਿਲ ਕੇ ਇਕੱਠੇ ਹੋ ਕੇ ਸੰਘਰਸ਼ ਕਰੀਏ, ਫਿਰ ਹੀ ਆਪਾਂ ਸਰਕਾਰ ਨੂੰ ਮੋੜਾ ਪਾ ਸਕਦੇ ਹਾਂ। ਮੈਂ ਇਹੀ ਗੱਲਾਂ ਨਾਲ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਮੋਰਚੇ 'ਚ ਸ਼ਮੂਲੀਅਤ ਕੀਤੀ ਹੈ। ਜੈ ਜਨਤਾ, ਜੈ ਸੰਘਰਸ਼, ਜਿੱਤ ਜੜ ਲੜਦੇ ਲੋਕਾਂ ਦੀ।